ਜਦੋਂ BSF ਮਾਮੇ ਕੇ ਘਰ ਤੱਕ ਪਹੁੰਚ ਗਈ ਹੈ, BSF ਹੋ ਕੇ ਚਲੀ ਵੀ ਗਈ ਹੈ, ਦੱਸ ਦਿੱਤਾ ਵੀ ਉੱਥੋਂ ਚਾਹ ਪਾਣੀ ਪੀ ਕੇ ਚਲੇ ਗਏ, ਉਹ ਬੈਠਕ ਵਿੱਚ ਨਹੀਂ ਆਏ ਜਿੱਥੇ ਮੈਂ ਬੈਠਾ ਸੀ। ਉਹਨਾਂ ਨੂੰ ਚਾਹ ਪਾਣੀ ਪਾ ਕੇ ਫਿਰ ਮਾਮੇ ਨੇ ਮੇਰੀ ਥੋੜ੍ਹੀ ਜਿਹੀ ਕਲਾਸ ਲਾਈ ਹੈ ਵੀ ਇਹ ਕੋਈ ਚੰਗਾ ਨਹੀਂ ਕੀਤਾ, ਤੈਨੂੰ ਇੱਥੇ ਦਿਨ ਕੱਟਣ ਵਾਸਤੇ ਭੈਣ ਨੇ ਮੇਰੇ ਕੋਲ ਭੇਜਿਆ ਆ, ਅਤੇ ਤੂੰ ਆਪ ਵੀ ਪੰਗੇ 'ਚ ਪਏਗਾ ਅਤੇ ਮੈਨੂੰ ਵੀ ਪਾਏਗਾ, ਮੇਰਾ ਬੜਾ ਨਾਮ ਹੈ, ਬੇਦਾਗ ਹੈ, ਬਾਰਡਰ 'ਤੇ ਮੇਰੀ ਜ਼ਮੀਨ ਹੈ, ਮੈਂ ਕਿਹੜੀ ਕੋਈ ਬਲੈਕ ਕੀਤੀ ਹੈ, ਅਤੇ ਨੇਕਨਾਮੀ 'ਚ ਮੈਂ ਨਾ ਕਮਾਇਆ, ਨਹੀਂ ਤਾਂ ਮੈਂ ਵੀ ਤੇਰੇ ਵਰਗਾ ਹੁੰਦਾ ਅਤੇ ਮੇਰੇ ਤਾਂ ਨਾਲ ਜ਼ਮੀਨ ਲੱਗਦੀ ਸੀ, ਹੁਣ ਮੈਂ ਕਰੋੜਾਪਤੀ ਹੋਇਆ ਬੈਠਾ ਹੁੰਦਾ, ਵੀ ਮੈਂ ਗਲਤ ਕੰਮ ਦੇ ਹੱਕ 'ਚ ਨਹੀਂ ਹੈ, ਦੇਣ ਤੂੰ ਇੱਥੇ ਕੱਟ ਨਹੀਂ ਸਕਦਾ, ਮੈਨੂੰ ਪਤਾ ਤੇਰਾ ਫਿਰ ਜਦੋਂ ਦਾ ਲੱਗਾ ਤੂੰ ਨਿਕਲ ਜਾਏਗਾ, ਤੂੰ ਇੱਦਾਂ ਕਰਕੇ ਤਾਂ ਕੱਪੜੇ ਪਾ ਕੇ ਤਿਆਰ ਹੋ, ਮੈਂ ਤੈਨੂੰ ਕਿਤੇ ਛੱਡ ਕੇ ਆਉਣਾ। ਮਾਮੇ ਨੇ ਮੈਨੂੰ ਤਿਆਰ ਕਰ ਲਿਆ, ਉੱਥੋਂ ਅਸੀਂ 41 PS ਆਏ, ਉਦੋਂ ਬੱਸ ਦਾ ਟਾਈਮ ਸੀ, ਉੱਥੋਂ ਰਾਜ ਸਿੰਘ ਨਗਰ ਤੋਂ ਅਸੀਂ ਪਦਮਪੁਰ ਆਏ ਹਾਂ। ਪਦਮਪੁਰੋਂ 49 RP ਪਿੰਡ ਹੈ ਜੀ, ਉਹ ਮੇਰੀ ਮਾਤਾ ਨੇ ਦੱਸਿਆ ਸੀ ਐਡਰੈਸ, ਉਹ ਮੇਰਾ ਦੋਸਤ ਸੀ ਚੰਡੀਗੜ੍ਹ ਪੜ੍ਹਦਾ, ਅਤੇ ਉਹਦੀ ਮਾਸੀ ਜੀ ਦਾ ਘਰ ਸੀ, ਉਹ ਦਲਜੀਤ ਉਹਦਾ ਨਾਂ ਸੀ, ਉਹਦੀ ਮਾਸੀ ਸੀ। 49 RP ਮੈਨੂੰ ਉਹਨਾਂ ਦਾ ਨਾਂ ਤਾਂ ਭੁੱਲ ਗਿਆ, ਬੜੀ ਹੈਰਾਨੀ ਦੀ ਗੱਲ ਹੈ, ਪਰ ਉਹਨਾਂ ਦੇ ਭਰਾ ਦਾ ਨਾਂ ਬਜ਼ੁਰਗਾਂ ਦਾ ਯਾਦ ਹੈ ਵੀ ਪਿਆਰਾ ਸਿੰਘ ਸੀ, ਕਿਉਂਕਿ ਉਹਨਾਂ ਦੇ ਮੇਰੇ ਨਾਂ ਡੈਡੀ ਦਾ ਨਾਂ ਵੀ ਪਿਆਰਾ ਸਿੰਘ ਸੀ, ਉਹਨਾਂ ਦਾ ਵੀ ਨਾਂ ਪਿਆਰਾ ਸਿੰਘ ਸੀ, ਉਹਨਾਂ ਦਾ ਪਿਆਰਾ ਸਿੰਘ ਹੋਣਾ ਦਾ ਨਾਂ ਯਾਦ ਹੈ, ਬਜ਼ੁਰਗਾਂ ਦਾ ਨਾਂ ਸ਼ਾਇਦ ਜਸਵੰਤ ਸਿੰਘ ਸੀ, ਸ਼ਾਇਦ ਉਹਨਾਂ ਦੇ ਬੇਟੇ ਸੀ ਤਿੰਨ, ਜਿਨ੍ਹਾਂ 'ਚੋਂ ਇੱਕ ਆਈਸ਼ਰ ਕੰਪਨੀ 'ਚ ਇੰਜੀਨੀਅਰ ਸੀ, ਇੱਕ ਜਗਤਾਰ ਸੀ, ਇੱਕ ਰਣਜੀਤ ਸੀ, ਇਹ ਦੋਨੋਂ ਵਾਈ ਕਰਦੇ ਸੀ। ਉਹਨਾਂ ਦੇ ਘਰ ਬੜਾ ਧਾਰਮਿਕ ਪਰਿਵਾਰ ਸੀ, ਬੜਾ ਵਧੀਆ ਪਰਿਵਾਰ ਸੀ, ਅਤੇ ਚਲੋ ਉੱਥੇ ਮੇਰਾ ਜੀ ਲੱਗ ਗਿਆ, ਪਰ ਫਿਰ ਵੀ ਇੰਨਾ ਨਹੀਂ ਸੀ, ਸਾਰਾ ਦਿਨ ਟਾਈਮ ਪਾਸ ਨਹੀਂ ਸੀ ਹੁੰਦਾ। ਅਤੇ ਉਹਨਾਂ ਦਿਨਾਂ ਦੀ ਇੱਕ ਘਟਨਾ ਮੈਨੂੰ ਕਦੀ ਵੀ ਨਹੀਂ ਭੁੱਲਦੀ, ਮੈਨੂੰ ਰਾਜਸਥਾਨ ਦੇ ਇਲਾਕੇ ਦਾ ਪਤਾ ਨਹੀਂ ਸੀ, ਨਰਮਾ ਲੱਦ ਲਿਆ ਦੋ ਟਰਾਲੀਆਂ 'ਤੇ, ਅਤੇ ਇੱਕ ਟਰੈਕਟਰ 'ਤੇ ਮੈਨੂੰ ਬਿਠਾ ਤਾ, ਮੈਨੂੰ ਅੱਗੇ ਲਾ ਲਿਆ, ਅਤੇ ਮੈਂ ਆਪ ਸਿਆਲਾਂ ਦੇ ਦਿਨਾਂ 'ਚ, ਹਾਂ ਉੱਥੇ ਮੈਂ ਕਾਫੀ ਦੇਰ ਰਿਹਾ ਨਾ, ਅਤੇ ਕਾਫੀ ਮਹੀਨੇ ਰਿਹਾ, ਅਤੇ ਉਹ ਅੱਗੋਂ ਬੱਸ ਆਈ ਅਤੇ ਮੈਂ ਆਪਣੇ ਪੰਜਾਬ ਵਾਲੇ ਹਿਸਾਬ ਨਾਲ ਇੱਕ ਟਾਇਰ ਕੱਚੇ ਲਾ ਲਿਆ, ਉਹ ਕੱਚੇ ਲਾਉਣ ਦੀ ਦੇਰ ਸੀ, ਟਰੈਕਟਰ ਬਹਿੰਦਾ ਬਹਿੰਦਾ ਟਰੈਕਟਰ ਪਲਟ ਗਿਆ, ਮੁੱਧਾ ਹੋ ਗਿਆ ਟਰੈਕਟਰ ਬਿਲਕੁਲ, ਮੈਂ ਬਚ ਗਿਆ। ਉਦੋਂ ਉਹਨਾਂ ਨੇ ਆਰਡਰ ਕੱਢ ਦਿੱਤਾ ਵੀ ਅੱਜ ਤੋਂ ਬਾਅਦ ਤੂੰ ਟਰੈਕਟਰ 'ਤੇ ਨਹੀਂ ਬੈਠਣਾ, ਵੀ ਤੈਨੂੰ ਪਤਾ ਹੀ ਨਹੀਂ ਇੱਥੇ ਵੀ ਰੇਤਾ ਆਏ ਹੋਏ ਆ, ਅਤੇ ਤੂੰ ਹੋਰ ਜਿਹੜਾ ਮਰਜ਼ੀ ਕੰਮ ਕਰ ਲਿਆ ਕਰ, ਮੇਰਾ ਟਾਈਮ ਪਾਸ ਨਾ ਹੋਣ ਕਰਕੇ ਨਾ ਉਹਨਾਂ ਨੇ ਉਹ ਡਾਕਟਰ ਦਾ ਤੁਹਾਨੂੰ ਮੈਂ ਜਿਹੜਾ ਰੇਡੀਓ 'ਤੇ ਡਾਕਟਰ ਭਾਟੀ ਦੱਸਿਆ, ਮੈਨੂੰ ਬਾਅਦ 'ਚ ਉਹਦਾ ਨਾਮ ਯਾਦ ਆ ਗਿਆ, ਉਹਦਾ ਨਾਂ ਸੀ ਡਾਕਟਰ CS ਭਾਟੀ। ਅੱਛਾ। ਉਹ SMO ਰਿਟਾਇਰ ਹੋਇਆ ਸੀਗਾ ਜੀ ਸਰਕਾਰੀ ਹਸਪਤਾਲ 'ਚੋਂ, ਬੜਾ ਉਸ ਡਾਕਟਰ ਦਾ ਨਾਮ ਸੀ, ਸਭ ਤੋਂ ਜ਼ਿਆਦਾ ਪੇਸ਼ੈਂਟ ਪਦਮਪੁਰ ਉਹਦੇ ਕੋਲ ਆਉਂਦੇ ਸੀ। ਉਹਦੇ ਨਾਲ ਸੀ ਜੀ ਬੇਦੀ ਗਨ ਹਾਊਸ, ਬੇਦੀ ਗਨ ਹਾਊਸ ਮੇਰਾ ਤਾਂ ਯਾਰ ਬਣ ਗਿਆ, ਮੈਨੂੰ ਹਥਿਆਰਾਂ ਦਾ ਬੜਾ ਸ਼ੌਕ ਸੀ, ਉੱਥੇ ਮੈਂ ਕੋਈ ਹਥਿਆਰ ਉਹਦੇ ਚੈੱਕ ਵੀ ਕਰਦਾ ਸੀ, ਉਹਦੇ ਕਈ ਹਥਿਆਰ ਮੈਂ ਠੀਕ ਕਰਨੇ ਵੀ ਸਿੱਖੇ ਆ, ਮਾੜਾ ਮੋਟਾ ਮੈਂ ਨੁਕਸ ਕੱਢਣਾ ਵੀ ਸਿੱਖ ਲਿਆ ਉੱਤੋਂ, ਵੀ ਡਾਕਟਰ ਸਾਹਿਬ ਦੁਪਹਿਰੇ ਛੁੱਟੀ ਕਰਦੇ ਸੀ, 3 ਘੰਟੇ ਉਹ ਘਰ ਚਲੇ ਜਾਂਦੇ ਸੀ, 1 ਵਜੇ ਚਲੇ ਜਾਂਦੇ ਸੀ, 5 ਵਜੇ ਆ ਜਾਂਦੇ ਸੀ, ਉਹ 4 ਘੰਟੇ ਮੇਰੇ ਬੇਦੀ ਗਨ ਹਾਊਸ 'ਚ ਲੰਘਦੇ ਸੀ। ਅੱਛਾ, ਤੁਸੀਂ ਡਾਕਟਰ ਕੋਲ ਡਾਕਟਰੀ ਸਿੱਖਣ ਦੇ ਮਨੋਰਥ ਨਾਲ ਲੱਗੇ ਸੀ ਜਾਂ ਵੈਸੇ ਹੀ ਟਾਈਮ ਪਾਸ? ਇੱਕ ਤਾਂ ਟਾਈਮ ਪਾਸ ਵੀ ਸੀ, ਇੱਕ ਇਹ ਵੀ ਚਲੋ ਡਾਕਟਰੀ ਸਿੱਖ ਲਾਂਗੇ, ਕੀ ਪਤਾ ਕਿੰਨਾ ਸਮਾਂ ਮੈਨੂੰ ਫਰਾਰੀ ਕੱਟਣੀ ਪੈਣੀ ਹੈ, ਅਤੇ ਕਿਤੇ ਨਾ ਕਿਤੇ ਦੁਕਾਨ ਪਾ ਕੇ ਬਹਿ ਜਾਂਗੇ ਜਾਂ ਕੁਛ ਇਹੋ ਜਿਹਾ ਸੀ, ਮੇਨ ਮਕਸਦ ਤਾਂ ਵੈਸੇ ਟਾਈਮ ਪਾਸ ਸੀ, ਵੀ ਟਾਈਮ ਨਹੀਂ ਸੀ ਮੇਰਾ ਲੰਘਦਾ, ਉੱਥੇ ਬੜਾ ਵਧੀਆ ਟਾਈਮ ਲੰਘਦਾ ਸੀ। ਉਹ ਮੈਂ 49 RP ਤੋਂ ਮੈਂ ਡੇਲੀ ਸਾਈਕਲ 'ਤੇ ਆਉਂਦਾ ਸੀ, ਦੁਪਹਿਰ ਦੀ ਰੋਟੀ ਮੈਂ ਆਪਣੀ ਨਾਲ ਬੰਨ੍ਹ ਕੇ ਲੈ ਆਉਂਦਾ ਸੀ, ਅਤੇ ਰਾਤ ਦੀ ਰੋਟੀ ਮੈਂ ਘਰ ਜਾ ਕੇ ਖਾਂਦਾ ਸੀ, 13 ਕਿਲੋਮੀਟਰ ਜਾਣ, 13 ਕਿਲੋਮੀਟਰ ਆਉਣ, 26 ਕਿਲੋਮੀਟਰ ਰੋਜ਼ ਸਾਈਕਲ 'ਤੇ ਜਾਂਦਾ ਸੀ। ਉਹ ਡਾਕਟਰ ਨੇ ਵੇਖਿਆ ਵੀ ਇਹ ਤਾਂ ਕੁਛ ਦਿਨਾਂ 'ਚ ਹੀ ਟ੍ਰੇਨਡ ਹੋ ਗਿਆ, ਉਹਨੇ ਮੈਨੂੰ ਕਿਹਾ ਵੀ ਮੈਂ ਤੈਨੂੰ ਤਨਖਾਹ ਵੀ ਦਊਂਗਾ, ਪਹਿਲਾਂ ਤਾਂ ਤਨਖਾਹ ਦੀ ਕੋਈ ਗੱਲ ਨਹੀਂ ਸੀ ਹੋਈ, ਤਨਖਾਹ ਵੀ ਦਊਂਗਾ ਅਤੇ ਤੂੰ ਮੇਰੇ ਕੋਲ ਰਾਤ ਇੱਥੇ ਸਟੇ ਕਰ। ਉੱਥੇ ਰਹਿੰਦਾ ਸੀ ਡਾਕਟਰ ਦਾ ਮੁਨੀਮ ਰਹਿੰਦਾ ਹੁੰਦਾ ਸੀ ਰਾਤ, ਮੁਨਸ਼ੀ ਕਹਿੰਦੇ ਹੁੰਦੇ ਸੀ ਉਹਨੂੰ, ਉਹ ਵੈਸੇ ਵੇਲੇ ਕੁ ਵੇਲੇ ਮਰੀਜ਼ ਹੈਂਡਲ ਵੀ ਕਰ ਲੈਂਦਾ ਸੀ, ਪਰ ਮੇਰਾ ਉਹਨੇ ਹਿਸਾਬ ਲਾ ਲਿਆ ਵੀ ਇਹ ਉਹਦੇ ਨਾਲੋਂ ਵਧੀਆ ਮੁਨਸ਼ੀ ਨਾਲੋਂ, ਅਤੇ ਤੂੰ ਕਹਿੰਦਾ ਰਾਤ ਰਹਿ ਸਕਦਾ ਇੱਥੇ, ਮੈਂ ਕਿਹਾ ਜੀ ਹਾਂ ਮੈਂ ਰਹਿ ਸਕਦਾ ਵਾਂ। ਚਲੋ ਉੱਪਰ ਕਮਰਾ ਦੇ ਦਿੱਤਾ ਉਹਨਾਂ ਨੇ, ਅਤੇ ਰੋਟੀ ਪਾਣੀ ਦਾ ਪ੍ਰਬੰਧ ਵੀ ਕਰ ਦਿੱਤਾ, ਚਾਹ ਪਾਣੀ ਸਾਰਾ ਕੁਝ ਉਹ ਡਾਕਟਰ ਵੱਲੋਂ ਹੀ ਸੀ, ਅਤੇ ਮੈਂ ਉੱਥੇ ਕਾਫੀ ਮਹੀਨੇ ਰਿਹਾ ਜੀ। ਉੱਥੇ 49 RP ਦੇ ਵਿੱਚ ਪਤਾ ਨਹੀਂ ਕਿਵੇਂ ਮੇਰੀ ਇੱਕ ਚਰਚਾ ਜੀ ਚੱਲਣੀ ਸ਼ੁਰੂ ਹੋ ਗਈ। ਇੱਕ ਹੋਰ ਹਾਸੇ ਵਾਲੀ ਗੱਲ ਹੈ, ਇੱਕ PS ਨਾਲ ਪਿੰਡ ਹੈ ਉਹਦੇ ਨਾਲ ਜੁੜੀ ਹੋਈ, ਉਹਦਾ ਸਟੋਰੀ ਨਾਲ ਕੋਈ ਅਸਰ ਨਹੀਂ, ਪਰ ਲੋਕ ਹੱਸ ਲੈਣਗੇ ਅਤੇ ਉਹਨਾਂ ਦਿਨਾਂ ਦੀਆਂ ਗੱਲਾਂ ਜ਼ਿਆਦਾ ਤਾਜ਼ਾ ਕਰ ਲੈਣਗੇ। 49 RP ਵਾਲੇ ਬੱਚੇ 1 PS 'ਚ ਪੜ੍ਹਨ ਜਾਂਦੇ ਹੁੰਦੇ ਸੀ, ਸਕੂਲ ਹੈ ਨਹੀਂ ਸੀ, ਤੁਰ ਕੇ ਜਾਂਦੇ ਸੀ। ਉੱਥੇ ਇੱਕ ਹੁਣ ਸਾਰੇ ਸਿੱਖਾਂ ਦੇ ਪਿੰਡ ਸੀ 2-3, ਅਤੇ ਪੰਜਾਬੀ ਪੜ੍ਹਾਉਣ ਵਾਲਾ ਟੀਚਰ ਲਾਜ਼ਮੀ ਸੀ, ਉਹ ਮੈਨੂੰ ਟੀਚਰ ਦਾ ਨਾਂ ਭੁੱਲ ਗਿਆ, ਉਹਨੂੰ ਆਦਤ ਸੀ ਜੀ ਗੰਦਿਓ ਕਹਿਣ ਦੀ, ਜਾਂ ਗੰਦਿਓ ਮੁੰਡਿਆਂ ਨੂੰ ਕਹਿਣਾ, ਉਹ ਗੰਦਿਓ
ਕੁੜੀਆਂ ਨੂੰ ਕਹਿਣਾ ਉਹ ਗੰਦੀ ਹੋ, ਉਹਨਾਂ ਨੇ ਕੁੜੀਆਂ ਨੇ ਸ਼ਿਕਾਇਤ ਕਰ ਦਿੱਤੀ, ਇਹ ਉਹਨਾਂ ਦਿਨਾਂ ਦੀ ਗੱਲ ਆ ਮੇਰੇ ਟਾਈਮ ਦੀ, ਸ਼ਿਕਾਇਤ ਕਰ ਦਿੱਤੀ ਵੀ ਉਹ ਮਾਸਟਰ ਸਾਨੂੰ ਗੰਦੀ ਹੋ ਕਹਿੰਦਾ, ਘਰਦਿਆਂ ਨੂੰ ਗੁੱਸਾ ਚੜ੍ਹ ਗਿਆ ਜਿਹਨਾਂ ਦੀਆਂ ਕੁੜੀਆਂ ਚੜ੍ਹਦੀਆਂ ਵੀ ਐਡਾ ਮਾੜਾ ਲਫ਼ਜ਼ ਮਾਸਟਰ ਬੋਲਦਾ। ਉਹ ਨਾ ਜੀ ਉਹਨੇ ਸ਼ਿਕਾਇਤ ਪ੍ਰਿੰਸੀਪਲ ਕੋਲ ਕਰਤੀ ਮਾਸਟਰ ਦੀ, ਘਰ ਦੇ ਜੀ ਕਈਆਂ ਬੱਚਿਆਂ ਦੇ ਗਏ, ਉਹਨੇ ਉੱਥੋਂ ਮਾਸਟਰ ਨੂੰ ਪ੍ਰਿੰਸੀਪਲ ਨੇ ਸੱਦ ਲਿਆ ਆਪਣੇ ਦਫ਼ਤਰ ਦੇ ਵਿੱਚ, ਅਤੇ ਮਾਸਟਰ ਕਹਿੰਦਾ ਵੀ ਦੱਸੋ ਕੁੜੀਆਂ ਕਿਹੜੀਆਂ ਨੇ ਜਿਨ੍ਹਾਂ ਨੂੰ ਮੈਂ ਗਲਤ ਬੋਲਿਆ। ਉਹ ਕੁੜੀਆਂ ਵੀ ਸੱਦ ਲਈਆਂ ਜਿਨ੍ਹਾਂ ਜਿਨ੍ਹਾਂ ਸ਼ਿਕਾਇਤ ਕੀਤੀ ਸੀ, ਅਤੇ ਪ੍ਰਿੰਸੀਪਲ ਦੇ ਬੋਲਣ ਤੋਂ ਪਹਿਲਾਂ ਹੀ ਉਹ ਮਾਸਟਰ ਕੁੜੀਆਂ ਨੂੰ ਕਹਿੰਦਾ ਦੱਸੋ ਨਹੀਂ ਮੈਂ ਤੁਹਾਨੂੰ ਕੀ ਕਿਹਾ ਗੰਦੀਓ। ਉਹ ਤਾਂ ਚਲੋ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਇਹਦਾ ਵਿਚਾਰਿਆਂ ਦਾ ਇਹ ਤਕੀਆ ਕਲਾਮ ਹੀ ਬਣ ਚੁੱਕਾ, ਇਹ ਕੋਈ ਮਾੜੀ ਭਾਵਨਾ ਦੇ ਨਾਲ ਇਹਨਾਂ ਨੂੰ ਗੰਦੀਆਂ ਨਹੀਂ ਕਹਿੰਦਾ। ਇਹ ਗੱਲ ਹੁਣ ਯਾਦ ਆਊਗੀ ਜਿਹੜੇ ਜਿਹੜੇ ਇਹ ਵੀਡੀਓ ਵੇਖਣਗੇ, ਜਿਹੜੇ ਉਸ ਟਾਈਮ ਦੇ 50 ਰੁਪਏ ਦੇ ਅਤੇ 50 ਇੱਕ PS ਦੇ, 1 PS ਮੋਗਾ ਉੱਥੋਂ ਸ਼ੁਰੂ ਹੁੰਦਾ ਸੀ ਅਤੇ 50 ਰੁਪਏ ਦਾ ਅੱਡਾ 50 ਰੁਪਏ ਸੀ। ਅੱਛਾ ਇਹ ਉਹਨਾਂ ਸਭ ਪਿੰਡਾਂ ਦੇ ਵਿੱਚ ਹੁਣ ਲੋਕਾਂ ਨੂੰ ਯਾਦ ਇਹ ਤਾਜ਼ਾ ਆ ਜਾਊਗੀ ਵੀ ਹਾਂ ਉਸ ਟਾਈਮ ਦੀ ਗੱਲ ਆ, ਸੰਨ 84-85 ਦੀ। ਅੱਛਾ ਉੱਥੇ ਚਰਚਾ ਹੋਣੀ ਸ਼ੁਰੂ ਹੋ ਗਈ ਅਤੇ ਉਹ ਕਹਿੰਦੇ ਵੀ ਇਹ ਵੇਖ ਸਾਡੇ ਵਾਸਤੇ ਤੂੰ ਬਹੁਤ ਕੀਮਤੀ ਹੈ, ਸਾਨੂੰ ਪੁਲਿਸ ਫੜਦੇ ਕੁਛ ਕਰਦੇ ਅਸੀਂ ਝੱਲ ਲਵਾਂਗੇ, ਪਰ ਤੇਰੀ ਜਾਨ ਬਚਣੀ ਚਾਹੀਦੀ ਹੈ, ਤੈਨੂੰ ਨਹੀਂ ਕੁਛ ਹੋਣਾ ਚਾਹੀਦਾ। ਨਹੀਂ ਤੁਹਾਡੀ ਚਰਚਾ ਕਿਉਂ ਚੱਲੀ ਉੱਥੇ, ਫਿਰ ਜੁੜ ਗਿਆ ਸੀ ਕੋਈ ਮਾਮਲਾ? ਕੋਈ ਗੱਲ ਨਹੀਂ ਹੋ ਗਈ ਸੀ, ਮੈਨੂੰ ਤਾਂ ਇਹ ਯਾਦ ਨਹੀਂ ਹੈ ਵੀ ਕੀ ਗੱਲ ਸੀਗੀ, ਕੋਈ ਡਿੱਗੀ ਡੁੱਗੀ ਤਾਂ ਕਿੱਦਾਂ ਕਿਤੇ ਕੋਈ ਗੱਲਬਾਤ ਚੱਲੀ ਹੈ ਅਤੇ ਡਿੱਗੀ ਤੋਂ ਗੱਲ ਸਾਰੇ ਪਿੰਡ 'ਚ ਫੈਲ ਗਈ ਹੈ। ਡਿੱਗੀ ਸਾਂਝਾ ਥਾਂ ਜਿਵੇਂ ਸੱਤ ਆਪਣੇ ਇੱਧਰ ਸੱਤ ਹੁੰਦੀ ਸੀ, ਇਹ ਵੀ ਹੋ ਸਕਦਾ ਪਿੰਡ 'ਚ ਉੱਪਰਾ ਬੰਦਾ ਰਹਿੰਦਾ ਇਸ ਕਰਕੇ। ਹਾਂ ਇਹੀ ਜ਼ਿਆਦਾ ਤਾਂ ਇਹੀ ਚੱਲੀ ਸੀ ਵੀ ਅੱਗੇ ਤਾਂ ਕਦੀ ਇਹਨਾਂ ਦਾ ਰਿਸ਼ਤੇਦਾਰ ਆਇਆ ਨਹੀਂ, ਇੱਕ ਤੋਂ ਸ਼ਰਾਰਤਾਂ ਵੀ ਬੜੀਆਂ ਗੁੱਝੀਆਂ ਜਿਹੀਆਂ ਕੀਤੀਆਂ ਸੀ, ਹਾਲੇ ਲੁੱਚੀਆਂ ਸ਼ਰਾਰਤਾਂ ਨਹੀਂ ਸੀ ਉਹ, ਪਰ ਉਹ ਥੋੜ੍ਹਾ ਜਿਹਾ ਹਾਂ ਉੱਥੇ ਵੀ ਥੋੜ੍ਹਾ ਜਿਹਾ ਲੋਕਾਂ ਦਾ ਮੈਂ ਨਾ ਨਿਸ਼ਾਨਾ ਜਿਹਾ ਬਣ ਗਿਆ, ਇੱਕ ਬਾਰੇ ਭੂਤ ਭਾਤ ਬਣ ਕੇ ਕਿਸੇ ਨੂੰ ਡਰਾਇਆ ਸੀ ਕੁਛ ਇੱਦਾਂ ਦਾ ਸੀ, ਅਤੇ ਉਹ ਨਾ ਉਹਨਾਂ ਨੇ ਫਿਰ ਇਹ ਸੋਚਿਆ ਵੀ ਇੱਥੇ ਠੀਕ ਨਹੀਂ ਹੈ। ਫਿਰ ਮਾਮਾ ਪ੍ਰਤਾਪ ਉਹੀ ਕੰਮ ਆਇਆ, ਹਾਂ ਵੀ ਉੱਥੋਂ ਆਇਆ ਅਤੇ ਉੱਥੇ ਹੀ ਜਾ। ਮਾਮੇ ਨੇ ਫਿਰ ਉੱਥੇ ਭੇਜਤਾ ਜੀ ਮੈਨੂੰ 38 GB, ਕੁਛ ਪਹਿਲਾਂ 46 'ਚ ਗਏ, 46 ਦਾ ਮਾਹੌਲ ਠੀਕ ਨਹੀਂ ਸੀਗਾ ਵੀ ਉਹ ਤਾਂ ਹਰ ਇੱਕ ਜੀ ਪਹਿਲਾਂ ਹੀ ਮੋਢਿਆਂ 'ਤੇ ਬੰਦੂਕਾਂ ਪਾਈ ਫਿਰਦਾ ਸੀ, ਦੁਸ਼ਮਣੀ ਬੜੀ ਸੀ ਉਹਨਾਂ ਦੀ। ਮੈਂ ਆਖਿਆ ਵੀ ਇੱਥੇ ਤਾਂ 2 ਦਿਨਾਂ 'ਚ ਫਸ ਜੂਗਾ, ਇਹ ਮਾਰ ਦੂ ਕਿਸੇ ਨੂੰ ਜਾਂ ਇਹਨੂੰ ਕੋਈ ਮਾਰ ਦੂਗਾ, ਦੁਸ਼ਮਣੀ ਸਾਡੀ ਗੋਲੀ ਚੱਲਦੀ ਰਹਿੰਦੀ ਆ। ਉਹਨਾਂ ਦੀ ਗੋਲੀ ਚੱਲਦੀ ਹੁੰਦੀ ਸੀ ਜੀ, 45 GB ਦਾ ਚਾਨਣ ਹੁੰਦਾ ਸੀ ਮੈਨੂੰ ਯਾਦ ਆ, ਚਾਨਣ ਨਾਲ ਅਤੇ ਸਰਦਾਰ ਨਿਰੰਜਣ ਸਿੰਘ ਦੀ ਆਪਸ ਵਿੱਚ ਬੜੀ ਖੜਕਦੀ ਸੀ। ਸਰਦਾਰ ਨਿਰੰਜਣ ਸਿੰਘ ਮੈਂ ਹੀ ਨਹੀਂ ਕਹਿੰਦਾ, ਉਸ ਇਲਾਕੇ ਦਾ ਜਿਹੜਾ ਵੀ ਬੰਦਾ ਉਹਨਾਂ ਦਾ ਨਾਂ ਲਊਗਾ ਨਾਂ ਨਾਲ ਸਰਦਾਰ ਲਾਊਗਾ। ਉਹ ਕੋਈ MLA ਨਹੀਂ ਸੀ, ਪਰ ਪਾਵਰ ਸਰਦਾਰਾਂ ਵਾਲੀ ਸੀ, ਗਰੀਬਾਂ ਦੀ ਬੜੀ ਮਦਦ ਕਰਦਾ ਸੀਗਾ। ਤੁਹਾਨੂੰ ਦੱਸਿਆ ਵੀ 40 ਫੱਟਾ ਜਿਹੜਾ ਸਟੇਸ਼ਨ ਉੱਥੇ ਬਣਿਆ ਉਹ ਉਹਨਾਂ ਨੇ ਆਪਦੇ ਕੋਲੋਂ ਜੇਬ 'ਚੋਂ ਪੈਸੇ ਦੇ ਕੇ ਲੋਕਾਂ ਨੂੰ ਬਣਵਾਇਆ, ਲੋਕਾਂ ਨੂੰ ਨਾ ਕਿਰਾਇਆ ਦੇ ਦੇਣਾ ਵੀ ਤੁਸੀਂ ਨੂਪਗੜ੍ਹ ਨੂੰ ਚੜ੍ਹ ਜਾਓ, ਉੱਥੋਂ ਵਾਪਸ ਆ ਜਾਓ, ਉੱਥੇ ਖਲੋ ਜਾਓ, ਆ ਲੈ ਮੇਰੇ ਕੋਲ ਪੈਸੇ ਲੈ ਲਓ। ਅਤੇ ਉਹ ਛੋਟੀ ਲਾਈਨ ਸੀ ਅਤੇ ਉਹ ਡਰਾਈਵਰ ਜਿਹੜਾ ਟ੍ਰੇਨ ਦਾ ਸੀਗਾ ਉਹ ਖਿਲਾਰ ਦਿੰਦਾ ਸੀ ਗੱਡੀ ਉੱਥੇ। ਜਦੋਂ ਉਹਨਾਂ ਵੇਖਿਆ ਵੀ ਇੱਥੇ ਤਾਂ ਰਾਮ ਸਿੰਘਪੁਰੇ ਨਾਲੋਂ ਸਵਾਰੀਆਂ ਜ਼ਿਆਦਾ, ਕਈ ਪਿੰਡ ਪੈਂਦੇ ਆ, ਫਿਰ ਉੱਥੇ ਸਟੇਸ਼ਨ ਮਨਜ਼ੂਰ ਹੋ ਗਿਆ। ਉਹ ਨਿਰੰਜਣ ਸਿੰਘ ਦੀ ਦੇਣ ਹੈ ਜੀ, ਸਾਰੀ ਉਮਰ ਲੋਕ ਯਾਦ ਰੱਖਣਗੇ। ਉੱਥੋਂ ਮੈਂ 38 GB ਚਲੇ ਗਿਆ ਜੀ, 38 GB ਤੋਂ ਅਜੀਤ ਸਿੰਘ ਅਤੇ ਬੁੱਢਾ ਸਿੰਘ ਦੋ ਭਰਾ ਸੀ, ਬੜੇ ਸ਼ਰੀਫ ਬੰਦੇ ਸੀ, ਚਿੱਟਾ ਸਕਾਟ ਉਹਦਾ ਕੋਈ ਟਰੈਕਟਰ ਹੁੰਦਾ ਸੀ, ਉਹਨਾਂ ਦੀ ਜ਼ਮੀਨ ਨਾਲੀ 'ਚ ਆਉਂਦੀ ਸੀ, ਝੋਨਾ ਝੋਨਾ ਲੱਗਦਾ ਸੀ, ਉਹ ਨਾਲੀ ਦਾ ਏਰੀਆ ਵੱਜਦਾ। ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਜਿਹੜੀ ਸਰਕਲ ਡਿਵਾਈਡ ਕਰਦੀ ਸੀ ਨਾ 38 'ਚੋਂ, ਜਦੋਂ ਮੈਂ 34 'ਚ ਆਉਂਦਾ ਸੀ ਅਤੇ ਜਿਹੜਾ ਸੱਜਾ ਪਾਸਾ ਸੀ ਉਹ ਸਾਰਾ ਰਾਜਸਥਾਨੀ ਅਤੇ ਬੰਜਰ, ਜਿਹੜਾ ਖੱਬਾ ਪਾਸਾ ਦੀ ਸੜਕ ਦੇ ਉਹ ਨਾਲੀ ਦਾ ਏਰੀਆ, ਉੱਥੇ ਬੋਰ ਵੀ ਹੁੰਦੇ ਸੀ, ਉੱਥੇ ਝੋਨਾ ਵੀ ਲੱਗਦਾ ਸੀ, ਬੜੀ ਕੀਮਤੀ ਜ਼ਮੀਨ ਆ। ਹਾਂ ਉੱਥੇ ਵੀ ਬਸ ਇਹੀ ਸਾਰਾ ਦਿਨ ਬੈਠਕ 'ਚ ਪੈ ਰਹਿਣਾ, ਬਾਹਰ ਬੈਠਕ ਦਰਵਾਜ਼ੇ ਦੇ ਨਾਲ ਹੀ ਹੁੰਦੀ ਸੀ, ਰੋਟੀ ਖਾਣ ਘਰ ਅੰਦਰ ਜਾਣਾ ਵਾ ਜਿੰਨੀ ਵਾਰੀ ਜਾਣਾ ਜਾਂ ਚਾਹ ਪੀਣ ਜਾਣਾ, ਉੱਥੇ ਮੰਜੇ 'ਤੇ ਪੈ ਰਹਿਣਾ, ਗਰਮੀਆਂ ਗੁਰਮੀਆਂ ਦੇ ਇੱਦਾਂ ਹੀ ਕਦੀ ਦੇਣਾ ਖਿਆਲ ਹੋਣਾ, ਧੁੱਪੇ ਬਹਿ ਜਾਣਾ, ਕਦੀ ਖੇਤ ਚਲੇ ਜਾਣਾ, ਖੇਤ ਵੀ ਹਰ ਰੋਜ਼ ਕੰਮ ਨਹੀਂ ਹੁੰਦਾ। ਅਤੇ ਉੱਥੇ ਫਿਰ ਗੁਰਮੁਖ ਆਪਣੇ ਜੀਤ ਸਿੰਘ ਬੁੱਢਾ ਸਿੰਘ ਦੇ ਭੂਆ ਦਾ ਪੁੱਤ ਗੁਰਮੁਖ ਸਿੰਘ ਦਾ ਆਉਣ ਜਾਣ ਸੀ, ਆਮ ਹੀ ਆਉਂਦਾ ਜਾਂਦਾ ਸੀ ਉਹ ਉਹਦੇ ਬਾਰੇ ਮੈਨੂੰ ਪਤਾ ਲੱਗਾ ਵੀ ਇਹ ਪਾਕਿਸਤਾਨ ਜਾਂਦਾ ਹੁੰਦਾ। ਮੈਂ ਹਾਂ ਉਹਦੇ ਨਾਲ ਚਲੋ ਚੰਗੀ ਮੇਰੀ ਬਣ ਲੱਗ ਪਈ। ਇੱਕ ਦਿਨ ਉਹ ਮੈਨੂੰ ਉਹ ਘਰੇ ਲੈ ਗਿਆ ਅਤੇ ਘਰੇ ਜਾ ਕੇ ਇਹ ਕਹਿ ਕੇ ਲੈ ਕੇ ਗਿਆ ਵੀ ਸ਼ਾਮ ਨੂੰ ਇਹਨੂੰ ਮੈਂ ਛੱਡ ਜਾਊਂਗਾ। ਪਰ ਜਦੋਂ ਮੈਨੂੰ ਜਾ ਕੇ ਪਤਾ ਲੱਗਾ ਵੀ ਇੱਥੇ ਤਾਂ ਪਰਸੋਂ ਮੁਸਲਮਾਨਾਂ ਨੇ ਆਉਣਾ ਪਾਕਿਸਤਾਨ ਵਾਲਿਆਂ ਨੇ, ਮੈਂ ਕਿਹਾ ਮੈਂ ਤਾਂ ਨਹੀਂ ਜਾਣਾ, ਮੈਂ ਤਾਂ ਉਹਨਾਂ ਨੂੰ ਮਿਲ ਕੇ ਜਾਣਾ। ਚਲੋ ਮੈਂ ਉਹਨਾਂ ਨੂੰ ਮਿਲਿਆ, ਉਹਨਾਂ ਨਾਲ ਗੱਲਬਾਤ ਕੀਤੀ ਹੈ ਵੀ ਮੈਂ ਵੀ ਪਾਕਿਸਤਾਨ ਜਾਣਾ। ਉਹ ਕਹਿੰਦੇ ਵੀ ਤੂੰ ਅਸੀਂ ਤੈਨੂੰ ਲੈ ਕੇ ਨਹੀਂ ਜਾ ਸਕਦੇ, ਅਸੀਂ ਤਾਂ ਸਮਾਨ ਲੈ ਕੇ ਜਾਣਾ, ਸਮਾਨ ਲੈ ਕੇ ਆਉਣਾ ਅਤੇ ਤੂੰ ਜਿਹੜੇ ਕੰਮ ਜਾਣਾ ਉਹ ਕੰਮ ਅਸੀਂ ਨਹੀਂ ਕਰਨਾ। ਸਮਾਨ ਕਿਹੋ ਜਿਹਾ ਲੈ ਕੇ ਆਉਂਦੇ ਸੀ ਉਹ?
ਇੱਧਰੋਂ ਜ਼ਿਆਦਾ ਤਾਂ ਚਾਂਦੀ ਜਾਂਦੀ ਸੀ ਸਮਗਲ ਹੋ ਕੇ। ਹਾਂ, ਉੱਧਰੋਂ ਉਸ ਟਾਈਮ ਅਫੀਮ ਵੀ ਆਉਂਦੀ ਸੀ। ਚਰਸ ਨਵੀਂ ਨਵੀਂ ਸ਼ੁਰੂ ਹੋਈ ਸੀ, ਪਰ ਚਰਸ ਦੀ ਲਾਗਤ ਇੱਥੇ ਆਪਣੇ ਹੈ ਨਹੀਂ ਸੀ, ਪੰਜਾਬ 'ਚ ਲਾਗਤ ਨਹੀਂ ਸੀ, ਅਫੀਮ ਦੀ ਜ਼ਿਆਦਾ ਲਾਗਤ ਸੀ। ਫਿਰ ਉਹ ਲੋਕਾਂ ਨੂੰ ਗਿਫਟ ਦੇਣ ਵਾਸਤੇ ਜਾਂ ਕਿੱਦਾਂ ਧਾਰੀਵਾਲ ਦੀਆਂ ਲੋਈਆਂ ਵੀ ਲੈ ਕੇ ਜਾਂਦੇ ਹੁੰਦੇ ਸੀ ਬਹੁਤ। ਲੋਈ ਸਿਰਫ ਧਾਰੀਵਾਲ ਦੀ ਲੈ ਕੇ ਜਾਂਦੇ ਸੀ, ਉਸ ਵਾਰ ਜਾਂ ਹੋਰ ਕਿਸੇ ਕੰਪਨੀ ਦੀ ਲੋਈ ਨਹੀਂ ਸੀ ਲੈਂਦੇ, ਧਾਰੀਵਾਲ ਦੀਆਂ ਲੋਈਆਂ ਪਸੰਦ ਕਰਦੇ ਸੀ। ਅਤੇ ਚਲੋ ਉਹ ਆਉਣਾ ਜਾਣਾ ਸ਼ੁਰੂ ਹੋ ਗਿਆ। ਉਹਨਾਂ ਨੇ ਫਿਰ ਅਗਲੀ ਵਾਰੀ ਇੱਕ ਬੰਦਾ ਲੈ ਆਉਂਦਾ, ਕਾਸਮ ਉਹਦਾ ਨਾਂ ਸੀ, ਅਸੀਂ ਉਹਨੂੰ ਕਾਸੂ ਹੀ ਕਹਿੰਦੇ ਹਾਂ। ਉਹ ਸ਼ਾਇਦ ਦੋਨਾਂ ਪਾਸਿਆਂ ਦਾ ਜਸੂਸ ਸੀਗਾ, ਇੱਧਰੋਂ ਇੰਡੀਆ ਵਾਸਤੇ ਜਸੂਸ ਸੀ, ਪਾਕਿਸਤਾਨ ਦੀ ਕਰਦਾ ਸੀ ਅਤੇ ਪਾਕਿਸਤਾਨੋਂ ਵਾਲਿਆਂ ਵਾਸਤੇ ਇੰਡੀਆ ਦੀ ਵੀ ਕਰਦਾ ਸੀ, ਉਹਨੂੰ ਕੋਈ ਡਰ ਨਹੀਂ ਸੀ। ਉਹ ਮੈਨੂੰ ਲੈ ਕੇ ਉਹ ਗਏ, ਅਸੀਂ ਸਾਰੇ ਹੀ ਹਾਂ, ਇਕੱਠੇ ਹੀ ਗਏ ਹਾਂ, ਕਾਸਮ ਵੀ ਨਾਲ ਹੈ। ਉਹਨਾਂ ਨੇ ਆਪਦਾ ਸਮਾਨ ਟਿਕਾਣੇ ਲਾ ਕੇ ਫਿਰ ਕਾਸਮ ਮੈਨੂੰ ਲੈ ਕੇ ਚੌਂਕੀ ਚਲਾ ਗਿਆ। ਪਾਕਿਸਤਾਨ। ਅੱਛਾ, ਉਹਦੇ ਨਾਲ ਕਦੋਂ ਵਿਆਹਤਬੰਦੀ ਹੋਈ ਤੁਹਾਡੀ? ਗੁਰਮੁਖ ਦੇ ਘਰ, ਗੁਰਮੁਖ ਸਿੰਘ 34 GB ਵਾਲੇ ਦੇ ਘਰ। ਮੈਂ ਉੱਥੇ ਫਿਰ ਰਹਿਣ ਹੀ ਗੁਰਮੁਖ ਸਿੰਘ ਕੋਲ ਲੱਗ ਪਿਆ ਨਾ, ਫਿਰ ਤਾਂ ਮੈਂ 38 GB ਵੀ ਛੱਡ ਦਿੱਤਾ ਵੀ ਇੱਥੇ ਤਾਂ ਬੰਦੇ ਆਉਂਦੇ ਜਾਂਦੇ ਹੀ ਆ। ਸਹੀ। ਅਤੇ ਗੁਰਮੁਖ ਨਾਲ ਮੇਰੀ ਬਣਦੀ ਵੀ ਚੰਗੀ ਸੀ, ਉਹ ਲੱਗਦਾ ਤਾਂ ਭਾਵੇਂ ਰਿਸ਼ਤੇ 'ਚ ਮੇਰਾ ਨਾਨਾ ਸੀ, ਮਾਤਾ ਦਾ ਮਾਮਾ ਲੱਗਦਾ ਸੀ, ਪਰ ਉਮਰ ਮੇਰੇ ਤੋਂ ਕੋਈ ਜ਼ਿਆਦਾ ਨਹੀਂ ਸੀ ਉਹਦੀ, 10-12 ਸਾਲ ਹੀ ਵੱਡਾ ਸੀ ਮੇਰੇ ਤੋਂ, ਅਤੇ ਬੱਚੇ ਸੀ 2 ਛੋਟੇ ਉਹਦੇ, ਅਤੇ ਉਹ ਸਾਡੀ ਬਣਦੀ ਬੜੀ ਸੀ, ਮਾਮਾ ਕਹਿੰਦਾ ਸੀ ਉਹਨੂੰ ਮੈਂ। ਅਤੇ ਅਸੀਂ ਹਰ ਇੱਕ ਥਾਂ ਇਕੱਠੇ ਜਾਂਦੇ ਸੀ, ਜਿੱਥੇ ਵੀ ਜਾਣਾ, ਰਿਸ਼ਤੇਦਾਰੀ 'ਚ ਜਾਣਾ ਉਹਨੇ ਮੈਨੂੰ ਨਾਲ ਲੈ ਕੇ ਜਾਣਾ, ਕਿਤੇ ਵੀ ਜਾਣਾ ਅਸੀਂ ਦੋਵਾਂ ਨੇ ਇਕੱਠੇ ਹਾਂ। ਚਲੋ ਉਹਨਾਂ ਜ਼ਮਾਨਿਆਂ 'ਚ 4 ਪੈਸੇ ਵੀ ਕਮਾ ਲਏ, ਬਲੈਕ ਬਲੂਕ ਦੇ ਵਿੱਚੋਂ ਵੀ, ਬੁਲਟ ਮੋਟਰਸਾਈਕਲ ਵੀ ਲੈ ਲਿਆ ਸੀ। ਨਹੀਂ, ਤੁਸੀਂ ਆਪਾਂ ਪਾਕਿਸਤਾਨ ਦੀ ਗੱਲ ਕਰ ਲਈਏ ਪਹਿਲਾਂ। ਹਾਂ, ਮੈਂ ਉਹਦਾ ਗੱਲ ਕਰਦਾ ਵੀ ਉਹਦੇ ਨਾਲ ਇੰਨੀ ਜ਼ਿਆਦਾ ਸਾਂਝ ਪੈ ਗਈ ਸੀ। ਚਲੋ ਪਾਕਿਸਤਾਨ 'ਚ ਜਦੋਂ ਮੈਂ ਗਿਆ ਵਾਂ ਦੁਬਾਰਾ ਚੌਂਕੀ ਦੇ ਵਿੱਚ, ਫਿਰ ਉਹੀ ਜੋ ਹੁੰਦਾ ਰੂਟੀਨ, ਉਹੀ ਰੂਟੀਨ ਹੈ ਵੀ ਬਾਹਰੋਂ ਆਵਾਜ਼ ਮਾਰੀ ਸੰਤਰੀ ਸਾਹਿਬ ਕਰਕੇ ਲੈ ਲਿਆ ਉਹਨਾਂ ਨੇ। ਹਾਂ, ਅਗਲੇ ਦਿਨ ਫਿਰ ਉਹਨਾਂ ਨੇ ਮੈਨੂੰ ਬਾਬਲ ਨਗਰ ਵਾਲੇ ਜੀਪ 'ਚ ਆ ਕੇ ਲੈ ਗਏ ਬੰਦੇ, ਅਤੇ ਉੱਥੇ ਜਾ ਕੇ ਫਿਰ ਇਹੀ ਗੱਲ ਹੋਈ ਆ ਵੀ ਤੂੰ ਬੰਦੇ ਲੈ ਕੇ ਆ, ਫਿਰ ਅਸੀਂ ਤੇਰੀ ਕੋਈ ਮਦਦ ਕਰਾਂਗੇ। ਫਿਰ ਗੱਲ ਚੱਲੀ ਵੀ ਸੰਤਾਂ ਨੂੰ, ਕੋਈ ਨਹੀਂ ਮਿਲਾ ਦਿਆਂਗੇ, ਉਦੋਂ ਵੀ ਮੈਨੂੰ ਲਾਰਾ ਲਾਇਆ ਗਿਆ, ਮਿਲਾ ਦਿਆਂਗੇ। ਅੱਛਾ, ਫਿਰ ਇੱਦਾਂ ਹੀ ਮੈਂ ਕਿਸੇ ਮਾਮਲੇ ਦੇ ਵਿੱਚ ਇੱਧਰ ਨੂੰ ਆਇਆ, ਆਪਣੇ ਪਿੰਡ ਵੱਲ ਨੂੰ। ਮੈਂ ਰਾਤ ਬਰਾਤੇ ਪਿੰਡ ਆ ਜਾਂਦਾ ਹੁੰਦਾ ਸੀ ਕਈ ਵਾਰੀ, ਵਿੱਚੋਂ ਦਾਲ ਆ ਜਾਂਦਾ ਹੁੰਦਾ ਸੀ, ਕਿਉਂਕਿ ਮੇਰੇ ਕੋਲ ਵਹੀਕਲ ਆ ਗਿਆ ਸੀ ਆਪਣਾ, ਅਤੇ ਨੇੜੇ ਤੇੜੇ ਕਿਸੇ ਰਿਸ਼ਤੇਦਾਰੀ 'ਤੇ ਰੁਕ ਜਾਣਾ। ਚਲੋ ਜਦੋਂ ਸੱਚ ਕਾਸਮ ਲੈ ਕੇ ਗਿਆ ਵਾ ਮੈਨੂੰ ਚੌਂਕੀ, ਉਸ ਤੋਂ ਪਹਿਲਾਂ ਉਹ ਉਹਨਾਂ ਸਮਗਲਰਾਂ ਕੋਲ ਗਿਆ ਜਿਹਨਾਂ ਦਾ ਗੁਰਮੁਖ ਕੋਲ ਸਮਾਨ ਆਉਂਦਾ ਸੀਗਾ, ਅਤੇ ਗੁਰਮੁਖ ਦਾ ਇੱਧਰੋਂ ਉਹਨਾਂ ਕੋਲ ਜਾਂਦਾ ਸੀਗਾ। ਉਹਨਾਂ ਮੈਨੂੰ ਇਹੀ ਸਲਾਹ ਦਿੱਤੀ ਵੀ ਤੂੰ ਕਿਉਂ ਐਵੇਂ ਮਰਨਾ ਵਾ, ਐਵੇਂ ਤੂੰ ਬਾਰਡਰ ਵੀ ਟੱਪਣਾ ਵਾ, ਤੂੰ ਰਿਸਕ ਵੀ ਲੈਣਾ ਵਾ ਅਤੇ 4 ਪੈਸੇ ਵੀ ਕਮਾਉਣਾ। ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਇੱਕ ਸਮਾਨ ਭੇਜਾਂਗੇ, ਉਹਦੇ ਪੈਕਟ ਦਿਖਾਇਆ ਗਿਆ ਮੈਨੂੰ, ਉਹ ਪੈਕਟ ਦੀ ਮੋਟਾਈ ਦਿਖਾ ਦਿੱਤੀ ਵੀ ਆਹ ਪੈਕਟ ਦੀ ਮੋਟਾਈ ਹੈ, ਵੀ ਕੋਈ ਇਹੋ ਜਿਹੀ ਸਕੀਮ ਲਾ ਵੀ 25-30 ਪੈਕਟ ਇੱਕੇ ਵਾਰੀ ਜਿਹੜੇ ਆ ਉਹਦੇ ਵਿੱਚ ਲੁਕ ਜਾਣ, ਵੀ ਕੋਈ ਗੱਡੀ ਅਸੀਂ ਪੈਸੇ ਦੇ ਦਿੰਦੇ ਹਾਂ, ਜੇ ਨਹੀਂ ਹੈਗੇ ਤੁਹਾਡੇ ਕੋਲ ਪੈਸੇ ਤਾਂ ਗੱਡੀ ਅਸੀਂ ਗੱਡੀ ਦੇ ਵੀ ਪੈਸੇ ਦੇ ਦਿੰਦੇ ਹਾਂ, ਤੂੰ ਸਾਡਾ ਕੰਮ ਕਰ, ਅਸੀਂ ਤੈਨੂੰ ਕਮਿਸ਼ਨ 'ਤੇ ਪੈਸੇ ਦੇਵਾਂਗੇ, ਸਾਡਾ ਸਮਾਨ ਜਿੱਥੇ ਅਸੀਂ ਕਹਾਂਗੇ ਉੱਥੇ ਪਹੁੰਚਾਉਣਾ ਪਊਗਾ। ਮੈਂ ਕਿਹਾ ਜੀ ਕਿੱਥੋਂ ਕੁ ਤੱਕ ਪਹੁੰਚਾਉਣਾ ਪਊਗਾ? ਕਹਿੰਦਾ ਹੋ ਸਕਦਾ ਦਿੱਲੀ ਪਹੁੰਚਾਉਣਾ ਪਵੇ। ਮੈਂ ਕਿਹਾ ਕੋਈ ਗੱਲ ਨਹੀਂ, ਦਿੱਲੀ ਤੱਕ ਮੈਂ ਪਹੁੰਚਾ ਦਿਆ ਕਰੂੰਗਾ। ਅੱਛਾ, ਉਹ ਚਲੋ ਸਾਰੀ ਗੱਲਬਾਤ ਹੋ ਗਈ ਉਹਨਾਂ ਦੇ ਨਾਲ, ਅਤੇ ਫਿਰ ਚਲੋ ਚੌਂਕੀ ਆ ਗਏ। ਚੌਂਕੀ ਅਸੀਂ ਉਹੀ ਗੱਲ ਫਿਰ ਦੁਬਾਰਾ ਵੀ ਤੂੰ ਉਹ ਬੰਦੇ ਲੈ ਕੇ ਆ, ਫਿਰ ਤੇਰੀ ਅਸੀਂ ਮਦਦ ਕਰਾਂਗੇ। ਅਸੀਂ ਚਲੋ ਫਿਰ ਵਾਪਸ ਆ ਗਏ। ਵਾਪਸ ਆ ਕੇ ਅਸੀਂ ਜੀਪ ਤਿਆਰ ਕਰਵਾਈ। ਜੀਪ ਦਾ ਜਿਹੜਾ ਥੱਲੇ ਵਾਲਾ ਫਰਸ਼ ਹੁੰਦਾ ਨਾ, ਉਹਨੂੰ ਡਬਲ ਕਰਵਾਇਆ। ਜਿਹੜਾ ਪਿਛਲੇ ਬੰਨੇ ਬੰਪਰ ਹੁੰਦਾ ਉਹ ਐਡਾ ਚੌੜਾ ਹੁੰਦਾ, ਉਹ ਬੰਪਰ ਤੋਂ ਥੋੜ੍ਹਾ ਜਿਹਾ ਘੱਟ ਮੈਂ ਗੈਪ ਰਖਾ ਲਿਆ, ਜਿਹਦੇ 'ਚ ਉਹ ਪੈਕਟ ਆਰਾਮ ਨਾਲ ਅੰਦਰ ਖਿਸਕ ਕੇ ਅਗਲੇ ਬੰਨੇ ਚੱਲ ਜੇ, ਅਤੇ ਕਿਸੇ ਚੀਜ਼ ਦੇ ਨਾਲ ਮਤਲਬ ਉਸ ਕੁੰਡੀ ਨਾਲ ਹੀ ਐਂ ਸਿੱਧਾ ਖਿੱਚਿਆ ਜਾ ਸਕੇ। ਉਹਦੇ ਵਿੱਚ ਤਾਂ ਮੈਨੂੰ ਲੱਗਦਾ ਵੀ 40-50 ਪੈਕਟ ਪੈ ਜਾਂਦੇ ਹੋਣੇ, ਜਿੰਨਾ ਉਹ ਥਾਂ ਬਣ ਗਿਆ ਸੀ। ਕੰਮ ਸ਼ੁਰੂ ਹੋ ਗਿਆ, ਉੱਧਰੋਂ ਸਮਾਨ ਆਉਣਾ, ਜਿੱਥੇ ਉਹਨਾਂ ਸਾਨੂੰ ਕਹਿਣਾ ਉੱਥੇ ਅਸੀਂ ਪਹੁੰਚਾ ਦੇਣਾ। ਕਈ ਵਾਰੀ ਪੰਜਾਬ ਦਾ ਵੀ ਆ ਜਾਂਦਾ ਸੀ, ਫਿਰੋਜ਼ਪੁਰ ਦਾ ਆ ਜਾਣਾ, ਫਿਰੋਜ਼ਪੁਰ ਪਹੁੰਚਾਉਣਾ, ਆਪਣੇ ਉੱਧਰ ਅਟਾਰੀ ਵਾਲੇ ਬਾਰਡਰ ਵਾਲੀ ਸਾਈਡ ਦਾ ਵੀ ਆ ਜਾਂਦਾ ਸੀ, ਵੀ ਉੱਧਰ ਕਿਸੇ ਬੰਦੇ ਕੋਲ ਪਹੁੰਚਾਉਣਾ ਵਾ ਜਾਂ ਕਿੱਦਾਂ ਦਾ ਸੀ। ਅੱਛਾ, ਉਹ ਨਾ ਚਲੋ ਪੈਸੇ ਚੰਗੇ ਕਮਾ ਲਏ, ਉਹ ਇੰਨੇ ਕੁ ਪੈਸੇ ਕਮਾਏ ਵੀ ਮਾਈਲ ਲੇਟ ਹੀ ਅਸੀਂ ਕੋਈ 2 ਰੁਪਏ ਜ਼ਮੀਨ ਵੀ ਖਰੀਦ ਲਈ, ਮੈਂ ਅਤੇ ਗੁਰਮੁਖ ਸਿੰਘ ਨੇ, ਹੈ ਗੁਰਮੁਖ ਸਿੰਘ ਦੇ ਨਾਂ 'ਤੇ ਸੀ ਜ਼ਮੀਨ, ਅਤੇ ਕੁਛ ਪੈਸੇ ਗੁਰਮੁਖ ਦੇ ਸੀਗੇ ਆਪਦੇ,
ਪਰ ਬਹੁਤੇ ਪੈਸੇ ਸਾਡੇ ਬਲੈਕ ਦੇ ਕਮਾਏ ਹੋਏ ਸੀਗੇ ਮੇਰੇ ਖਿਆਲ ਤਿੰਨ 3,000 ਨੂੰ ਕਿੱਲਾ ਸੀ ਸ਼ਾਇਦ ਉਦੋਂ ਅਤੇ 75,000 ਦਾ ਮਰਬਾ ਸੀ ਮੇਰੇ ਖਿਆਲ ਕੋਈ 1.5 ਲੱਖ ਰੁਪਈਆ ਅਸੀਂ ਖਰਚਿਆ ਜਿਹਦੇ ਵਿੱਚ ਮੋਟਰਸਾਈਕਲ ਵੀ ਲੈ ਲਿਆ 2 ਮਰਬੇ ਜ਼ਮੀਨ ਵੀ ਲੈ ਲਈ ਹੋਰ ਵੀ ਬਥੇਰਾ ਕੁਛ ਹਰ ਇੱਕ ਚੀਜ਼ ਜਿੰਨੀ ਕਿ ਸਾਨੂੰ ਲੋੜ ਸੀ ਘਰ ਦੇ ਵਿੱਚ ਉਹ ਸਭ ਚੀਜ਼ਾਂ ਲੈ ਲਈਆਂ ਵਧੀਆ ਜ਼ਿੰਦਗੀ ਲੰਘ ਰਹੀ ਸੀ ਮੈਂ ਇੱਕ ਵਾਰੀ ਇੱਧਰ ਨੂੰ ਗਿਆ ਜੀ ਪਿੰਡ ਗਿਆ ਰਾਤ ਆਪਣੇ ਅਤੇ ਮੇਰਾ ਇੱਕ ਦੋਸਤ ਆਈ ਝਬਾਲ ਪ੍ਰਗਟ ਸਿੰਘ ਉਹਦੇ ਵੱਡੇ ਭਾਈ ਸਾਹਿਬ ਸੁਖਵਿੰਦਰ ਸਿੰਘ ਝਬਾਲ ਸ਼੍ਰੋਮਣੀ ਕਮੇਟੀ ਮੈਂਬਰ ਵੀ ਰਹਿ ਚੁੱਕੇ ਆ ਪਿਛਲੀ ਵਾਰ ਅਤੇ ਜਿਹੜਾ ਦਾ ਹੁਣੇ ਹੀ ਆਪਣੇ ਥੋੜ੍ਹਾ ਚਿਰ ਪਹਿਲਾਂ ਹੀ ਨਿਧਨ ਆਪਾਂ ਕਹਾਂਗੇ ਲੰਡਨ ਤਾਂ ਚਲੋ ਆਪਣੇ ਹਿੰਦੀ ਦਾ ਸ਼ਬਦ ਆ ਜਾਂਦਾ ਵਾ ਅਕਾਲ ਚਲਾਣਾ ਕਰਕੇ ਨੇ ਆਪਣੇ ਹਜ਼ੂਰੀ ਰਾਗੀ ਨਿਰਮਲ ਸਿੰਘ ਭਾਈ ਨਿਰਮਲ ਸਿੰਘ ਖਾਲਸਾ ਭਾਈ ਨਿਰਮਲ ਸਿੰਘ ਖਾਲਸਾ ਅਤੇ ਸੁਖਵਿੰਦਰ ਦੋਨੋਂ ਕੁੜਮ ਨੇ ਅੱਛਾ ਸੁਖਵਿੰਦਰ ਦੀ ਬੇਟੀ ਵਿਆਹੀ ਹੈ ਭਾਈ ਨਿਰਮਲ ਸਿੰਘ ਦੇ ਬੇਟੇ ਨਾਲ ਅਤੇ ਮੈਂ ਉਹ ਵਿਆਹ ਦੇ ਵਿੱਚ ਵੀ ਸ਼ਾਮਿਲ ਹੋਇਆ ਮੇਰੇ ਅੱਜ ਵੀ ਚੰਗੇ ਦੋਸਤ ਨੇ ਉਹਨਾਂ ਦਿਨਾਂ ਦੇ ਵਿੱਚ ਹੀ ਉਹ ਮੇਰੇ ਦੋਸਤ ਸੀ ਅਤੇ ਉਹਨਾਂ ਦਾ ਛੋਟਾ ਭਰਾ ਮੇਰਾ ਜ਼ਿਆਦਾ ਦੋਸਤ ਸੀ ਪ੍ਰਗਟ ਉਹਦਾ ਨਾਂ ਸੀ ਮੈਂ ਪ੍ਰਗਟ ਨੂੰ ਮਿਲਣ ਚਲਾ ਗਿਆ ਜੀ ਉੱਥੇ ਕੁਦਰਤੀ ਪ੍ਰਗਟ ਦੀ ਭੂਆ ਦਾ ਪੁੱਤ ਤਰਸੇਮ ਸਿੰਘ ਸੇਮਾ ਹੀ ਕਹਿੰਦੇ ਹਾਂ ਅਸੀਂ ਉਹਨੂੰ ਪਿੰਡ ਦੁੱਬੜੀ ਪੱਟੀ ਦੇ ਨੇੜੇ ਉਹ ਵੀ ਉੱਥੇ ਆਇਆ ਸੀ ਉਹ ਦਿਨ ਰਾਤ ਅਤੇ ਮੈਨੂੰ ਪਤਾ ਸੀ ਪਹਿਲਾਂ ਹੀ ਪਤਾ ਸੀ ਵੀ ਇਹ ਬੰਦਾ ਪਾਕਿਸਤਾਨ ਜਾਂਦਾ ਅਤੇ BSF ਲਈ ਜਸੂਸੀ ਕਰਦਾ ਜੀ ਮਹਿਕਮਾ ਹੁੰਦਾ ਕੋਈ ਉਹਦੇ ਨਾਲ ਕੰਮ ਕਰਦਾ ਉੱਥੇ ਫਿਰ ਅਸੀਂ ਖੁੱਲ ਪਏ ਦੋਵੇਂ ਤੂੰ ਕਿੱਧਰ ਦੀ ਲੰਘਦਾ ਅਤੇ ਮੈਂ ਕਿੱਧਰ ਦੀ ਲੰਘਦਾ ਵਾ ਉਹ ਵੜ ਭਲ ਕੇ ਭੰਡ ਕੇ ਕੀ ਜਾਂਦੇ ਵੀ ਮਿਲਣ ਵਾਲੀ ਗੱਲ ਆ ਅਤੇ ਉਹਨੇ ਨਾ ਸੇਮੇ ਨਾਲ ਮੇਰੀ ਸੈਟਿੰਗ ਹੋ ਗਈ ਮੈਂ ਕਿਹਾ ਆ ਜਾ ਇੱਥੇ ਤੂੰ ਕੀ ਕਮਾਉਣ ਡਿਆ ਵਾ ਤੂੰ ਉੱਥੇ ਆ ਤੈਨੂੰ ਪੈਸੇ 4 ਕਮਾਉਣੇ ਆ ਅਤੇ ਇੱਕੋ ਕਹਿੰਦੇ ਅਸੀਂ ਬੰਦੇ ਲੈ ਕੇ ਆ ਮੈਨੂੰ ਇਹ ਵੀ ਨਾਲੇ ਲੱਗਦੇ ਉਹ ਕਹਿੰਦਾ ਇੱਕ ਮੇਰਾ ਯਾਰ ਹੋਰ ਆ ਰੂਪ ਸਿੰਘ ਹੈ ਉਹ ਹੈਗਾ ਤਾਂ ਬਠਿੰਡੇ ਦੇ ਪਿੰਡ ਜਲਾਲ ਦਾ ਆ ਪਰ ਇਸ ਟਾਈਮ ਲੌਕੇ ਆਪਦੀ ਰਿਸ਼ਤੇਦਾਰੀ 'ਚ ਰਹਿੰਦਾ ਵਾ ਉੱਥੋਂ ਭਗੌੜਾ ਭਗੌੜਾ ਸੀਗਾ ਜਲਾਲ ਤੋਂ ਖਾੜਕੂ ਬੰਦਾ ਸੀਗਾ ਉਹ ਬੰਦਾ ਖਾੜਕੂ ਨਹੀਂ ਗਾ ਵੀ ਭਿੰਡਰਾਂ ਵਾਲੇ ਦਾ ਨਾਲ ਦਾ ਵਾ ਉਹ ਖੜਕੇ ਦੜਕੇ ਜੁਰਤ ਵਾਲਾ ਬੰਦਾ ਸੀ ਖਾੜਕੂ ਸੁਭਾਅ ਵਾਲਾ ਬੰਦਾ ਉਹ ਕਈ ਲੜਾਈ ਝਗੜੇ ਹੋਏ ਸੀਗੇ ਅਤੇ ਉਹ ਫਿਰ ਆਪਦੇ ਰਿਸ਼ਤੇਦਾਰ ਕੋਲ ਪਾਸੇ ਦਿਨ ਕੱਟਦਾ ਸੀ ਉਹਨੂੰ ਵੀ ਲੈ ਲਿਆ ਜੀ ਉਹਨੂੰ ਵੀ ਮਿਲ ਲਿਆ ਲੈ ਗਿਆ ਇਹਨਾਂ ਨੂੰ ਮੈਂ ਦੋਵਾਂ ਨੂੰ ਮਖੂ ਅਸੀਂ ਬਹਿ ਕੇ ਸਾਰੀ ਸਲਾਹ ਕੀਤੀ ਹੈ ਮੈਨੂੰ ਅੱਜ ਵੀ ਯਾਦ ਆ ਵੀ ਬੜੀ ਉੱਚੀ ਜਿਹੀ ਦੁਕਾਨ ਹੁੰਦੀ ਸੀ ਅਤੇ ਉੱਥੇ ਅਸੀਂ ਚਾਹ ਪੀਤੀ ਆ ਅਤੇ ਸਮੋਸੇ ਸਮੋਸੇ ਖਾਧੇ ਆ ਉੱਥੇ ਸਾਡੀ ਮੀਟਿੰਗ ਹੋ ਗਈ ਅਤੇ ਮੈਂ ਇਹਨਾਂ ਨੂੰ ਪੂਰਾ ਐਡਰੈਸ ਲਿਖ ਕੇ ਦੇ ਕੇ ਆਇਆ ਵੀ ਤੁਸੀਂ ਇਸ ਜਗ੍ਹਾ ਆ ਜਾਓ ਉੱਥੋਂ ਇੱਥੇ ਉਤਰ ਕੇ ਇੱਥੇ ਆਉਣਾ ਵਾ ਗਾਂ ਆ ਕਿਸੇ ਨੂੰ ਪੁੱਛ ਰਹੇ ਤੁਸੀਂ ਮੇਰੇ ਤੱਕ ਪਹੁੰਚ ਜਾਓਗੇ